The Wire. ਚਿੱਠੀਆਂ ਭੇਜੀ ਸੀ ਮੁੱਖ ਮੰਤਰੀ ਨੂੰ ਅਤੇ ਡੀ ਸੀ ਸਾਹਿਬ ਨੂੰ ਉਹਨਾਂ 'ਤੇ ਕੋਈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਬਹੁਤ ਢਿੱਲੀ ਵਰਤੀ ਗਈ ਅੱਛਾ ਤੁਸੀਂ ਕੀ ਚਾਹੁੰਦੇ ਹੋ ਇਸ ਚਾਹੁੰਦੇ ਸਾਡੀ ਮੇਰੀ ਬੇਨਤੀ ਹੈ ਕਿ ਸਾਡੇ ਲਈ ਸੁਣਵਾਈ ਕੀਤੀ ਜਾਵੇ ਜੀਤ ਕੌਰ ਨਾਲ ਕਾਹਦਾ ਰੌਲਾ ਸੀ ਜੀ ਘਰ ਵੇਚਿਆ ਦੀ ਸੀ ਅੱਛਾ ਜੀ ਹਾਂ ਉਹਨਾਂ ਨੇ ਬਾਕੀ ਪੈਸੇ ਨਹੀਂ ਦਿੱਤੇ ਅਸੀਂ ਬਹੁਤ ਪਰੇਸ਼ਾਨ ਸੀ ਇਹਨਾਂ ਨੂੰ ਕਿਹਾ ਵੀ ਅਸੀਂ ਇਲਾਜ ਕਰਾਉਣਾ ਪੈਸੇ ਦੇ ਦਿਓ ਕਿੰਨੇ ਪੈਸੇ ਤੇ 80,000 ਰਹਿੰਦਾ ਸੀ ਅੱਛਾ ਕੀ ਨਾਮ ਸੀ ਜੀ ਤੁਹਾਡੇ ਘਰ ਦਾ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਤੇ ਜਿਹੜੇ ਪੈਸੇ ਲੈਣੇ ਸੀ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਇੰਦਰਜੀਤ ਕੌਰ ਸੀ ਜੀ ਇੰਦਰਜੀਤ ਕੌਰ ਤੇ ਇਹ ਇਹ ਕੀ ਹੋਇਆ ਘਟਨਾ ਕੀ ਵਾਪਰੀ ਹੈ ਜੀ ਇਹ ਕੀ ਇਹਨਾਂ ਨਾਲ ਹੋਇਆ ਇਹਨਾਂ ਦਾ ਜੀ ਇਹ ਪਤਾ ਹੈ ਕਿ ਦਵਾਈ ਖਾਧੀ ਹੈ ਜੀ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਜੀ ਇਹ ਸਾਨੂੰ ਰਾਤ ਪਤਾ ਲੱਗਿਆ ਜੀ ਹਾਂ ਰਾਤ ਮਤਲਬ ਘਰ ਇਹਨਾਂ ਨੇ ਖਾਧਿਆ ਬਾਹਰ ਖਾਧਿਆ ਬਾਹਰ ਖਾ ਅੱਛਾ ਜੀ ਤਾਂ 8:30 ਵਜੇ ਜਦੋਂ ਘਰ ਪਹੁੰਚੇ ਨੇ ਹਾਂਜੀ ਇਹਨਾਂ ਨੇ ਮਤਲਬ ਜਿਹੜੀ ਕੋਈ ਆ ਕੇ ਕੋਈ ਐਕਟੀਵਿਟੀ ਕੀਤੀ ਹੋਵੇ ਇਹਨਾਂ ਨੇ ਉਲਟੀਆਂ ਕਰ ਰਹੇ ਸੀ ਜੀ ਫਿਰ ਤੁਸੀਂ ਇਹਨਾਂ ਨੂੰ ਮਤਲਬ ਅੱਗੇ ਕੋਈ ਫਸਟ ਏਡ ਲਈ ਜਾਂ ਟ੍ਰੀਟਮੈਂਟ ਲਈ ਤੁਸੀਂ ਪੁੱਛਿਆ ਕੁਛ ਹੈ ਕਿਆ ਨਹੀਂ ਕੋਈ ਹੋਰ ਤਰ੍ਹਾਂ ਦਾ ਕੋਈ ਡਾਕੂਮੈਂਟ ਜਾਂ ਕੋਈ ਗੱਲ ਇਹਨਾਂ ਨੇ ਕਹੀ ਹੋਵੇ ਤੁਹਾਨੂੰ ਅਸੀਂ ਤਾਂ ਗਰੀਬ ਨੇ ਅਸੀਂ ਕਿੱਥੋਂ ਲੈ ਕੇ ਜਾਵਾਂਗੇ ਜੀ ਪੈਸਾ ਤੇ ਜਿਹੜਾ ਤੁਸੀਂ ਉਹ ਕਹਿੰਦੇ ਜੀ ਕੋਈ ਹੋਰ ਜਿਹੜਾ ਕੋਈ ਇਹਨਾਂ ਨੇ ਗੱਲ ਕਹੀ ਹੋਵੇ ਤੁਹਾਨੂੰ ਜਾਂ ਹੋਰ ਕੋਈ ਕੋਈ ਗੱਲ ਹੋਵੇ ਕਹਿਣਾ ਚਾਹੁੰਦੇ ਹੋ ਪੈਸੇ ਲੈਣ ਗਏ ਸੀ ਜੀ ਉਹ ਕਹਿੰਦੇ ਵੀ ਅਸੀਂ ਮਾਰ ਕੇ ਫਿਰ ਚਾਹੇ 2,00,000 ਦੇ ਦਈਏ ਅਸੀਂ ਅੱਛਾ ਜੀ ਹਾਂਜੀ ਮੁੱਕੇ ਤੋਂ ਬਾਅਦ ਹੀ ਦਵਾਂਗੇ ਜੀ ਅਸੀਂ ਉਸ ਤੋਂ ਪਹਿਲਾਂ ਨਹੀਂ ਦਿੰਦੇ ਕੌਣ ਕਹਿੰਦਾ ਜੀ ਇਹ ਗੱਲ ਉਹਦੇ ਘਰ ਵਾਲਾ ਕਹਿੰਦਾ ਜੀ ਜਸੀ ਅੱਛਾ ਜੀ ਕੀ ਨਾਮ ਹੈ ਜਸਵਿੰਦਰ ਤੇ ਕੋਈ ਹੋਰ ਕੋਈ ਕਾਗਜ਼ ਪੱਤਰ ਦੀ ਕੋਈ ਕੋਈ ਗੱਲ ਕਰ ਰਹੇ ਨੇ ਜੀ ਇੱਥੇ ਕੋਈ ਜਗ੍ਹਾ ਤੁਸੀਂ ਮਿਲਿਆ ਕੁਛ ਤੁਸੀਂ ਕੀ ਹੁਣ ਚਾਹੁੰਦੇ ਹੋ ਜੀ ਸਾਨੂੰ ਸਾਫ ਮਿਲਣਾ ਚਾਹੀਦਾ ਜੀ ਘਰ ਮਿਲਣਾ ਚਾਹੀਦਾ ਆਪ ਤਾਂ ਗਰੀਬ ਕਿਰਾਏ ਤੇ ਬੈਠੇ ਜੀ ਇਸ ਕਰਕੇ ਜਿਹੜੀ ਸ਼ੀਸ਼ ਖਾਨ ਕਰਕੇ ਦੀ ਮੌਤ ਹੋਈ ਉਹਦੇ ਸੰਬੰਧ ਵਿੱਚ ਅਸੀਂ ਘਰ ਦਾ ਘਰਵਾਲੀ ਦਾ ਬਿਆਨ ਲਿਖ ਕੇ 2 ਵਿਅਕਤੀਆਂ ਅਤੇ ਇੱਕ ਲੜਕੇ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਕਰਾ ਕੇ ਲੋੜੀਂਦੀ ਕਰਵਾਈ ਸੀ ਉਹਨੂੰ ਪੁੱਛ ਲਿਆਂਦੀ ਜਾ ਰਹੀ ਸਾਡੇ ਵੱਲੋਂ ਸਰ ਇੱਕ ਉਹਨਾਂ ਦੀ ਫੈਮਿਲੀ ਵੱਲੋਂ ਦੋਸ਼ ਲਾਇਆ ਜਾ ਰਿਹਾ ਵੀ ਅਸੀਂ 6 ਮਹੀਨੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਲਿਖਿਆ ਸੀ ਕਿ ਡੀ ਸੀ ਸਾਹਿਬ ਨੂੰ ਲੈਟਰ ਲਿਖਿਆ ਸੀਗਾ ਉਹਦਾ ਕੋਈ ਇਨਸਾਫ਼ ਮਿਲਿਆ ਉਹਦੇ ਸੰਬੰਧ 'ਚ ਸਾਡੇ ਵੱਲੋਂ ਮੇਰੀ ਨੌਲੇਜ ਨਹੀਂ ਫਿਰ ਵੀ ਅਸੀਂ ਪੜਤਾਲ ਕਰਾਂਗੇ ਬਾਕੀ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਦਾ ਸੰਬੰਧ ਮੈਨੂੰ ਜੋ ਪਤਾ ਲੱਗਾ ਮੁੱਢਲੇ ਤੌਰ 'ਤੇ ਪਹਿਲਾਂ ਲੈਣ ਦੇਣ ਵਿੱਚ ਸੀ ਅੱਛਾ ਜੀ ਪੋਸਟਮਾਰਟਮ ਅੱਜ ਹੋ ਜਾਏਗਾ ਜੀ ਪੋਸਟਮਾਰਟਮ ਹੁਣੇ ਕਰਾਂਗੇ ਲਾਸ਼ ਵਾਸਨੇ ਵਾਲੇ ਕੀਤੀ ਜੋ ਐਫ ਆਈ ਆਰ ਲੋਜ ਹੋ ਗਈ ਸਾਡੇ ਕੋਲ ਥੈਂਕ ਯੂ